ਸ੍ਰੀ ਕਾਲ ਦੋਸਤੋ ਤੁਹਾਡੇ ਆਪਣੇ YouTube ਚੈਨਲ ਨੌਲੇਜ ਹਬ ਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਹਜ਼ਰ ਹੋਏ ਹਾਂ ਕਰੰਟ ਅਫੇਅਰ ਦੇ ਰਿਲੇਟਡ ਜਿਹੜੇ ਕਿ ਆਉਣ ਵਾਲੇ ਪੰਜਾਬ ਦੇ ਸਬ ਇੰਸਪੈਕਟਰ ਦੇ ਇਗਜ਼ਾਮ ਆ ਤੇ ਜਿਹੜੀ ਚੰਡੀਗੜ੍ਹ ਪੁਲਿਸ ਦੇ ਵਿੱਚ ਭਰਤੀ ਆਈ ਹੈ ਜਾਂ ਫਿਰ ਤੁਸੀਂ ਸੀਟੀਆਂ ਡਰਾਈਵਰ ਕੰਡਕਟਰ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਮੋਸਟ ਇੰਪੋਰਟੈਂਟ ਪ੍ਰਸ਼ਨ ਹੈ ਵੀ ਇਹ ਪ੍ਰਸ਼ਨ ਜਿਹੜੇ ਆਉਣ ਵਾਲੇ ਪੇਪਰਾਂ ਦੇ ਵਿੱਚ ਆਉਣੇ ਹੀ ਆਉਣੇ ਆ ਠੀਕ ਹੈ ਜੀ ਇਹਦੇ ਵਿੱਚ ਮੈਂ ਟੌਪ 20 ਪ੍ਰਸ਼ਨ ਜਿਹੜੇ ਹੈਗੇ ਕਾਊਂਟ ਕਰਨੇ ਆ ਤੇ ਤੁਸੀਂ ਆਪਣੀ ਨੌਲੇਜ ਦੇ ਲਈ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਇੱਕ ਟੈਸ ਦੇ ਨਾਲ ਕੁਝ ਆਪਸ਼ਨ ਜੀ ਬੋਲੂਗਾ ਤੁਸੀਂ ਉਹਨਾਂ ਆਪਸ਼ਨਸ ਨੂੰ ਜਿਹੜਾ ਹੈਗਾ ਆਪਣੇ ਵਿਹავ ਤੇ ਵੀ ਠੀਕ ਕਰਕੇ ਦੇਖਣਾ ਕਿ ਤੁਸੀਂ ਕਿੰਨੇ ਪ੍ਰਸ਼ਨ ਜਿਹੜੇ ਅਟੈਂਪਟ ਕਰ ਲੇ ਸਹੀ ਸਹੀ ਠੀਕ ਹੈ ਜੀ ਵੀਡੀਓ ਆਪਾਂ ਜ਼ਿਆਦਾ ਲੈਂਥੀ ਨਹੀਂ ਕਰਦੇ ਸੋ ਵੀਡੀਓ ਦੇ ਵਿੱਚ ਆਪਣਾ ਪਹਿਲਾ ਪ੍ਰਸ਼ਨ ਆਪਾਂ ਆਈਪੀਐਲ ਤੋਂ ਲੈਨੇ ਆ ਠੀਕ ਹੈ ਜੀ ਆਈਪੀਐਲ ਦਾ ਜਿਹੜਾ 16ਵਾਂ ਸੀਜ਼ਨ ਹੋਇਆ ਸੀ ਹੁਣ ਠੀਕ ਹੈ ਜੀ ਪਹਿਲਾ ਪ੍ਰਸ਼ਨ ਇਹੀ ਹੈ ਇੱਕ ਪ੍ਰਸ਼ਨ ਦੇ ਵਿੱਚੋਂ ਪ੍ਰਸ਼ਨ ਨਿਕਲਿਆ ਕਿ ਆਈਪੀਐਲ ਦੇ ਕਿੰਨੇ ਸੀਜ਼ਨ ਹੋ ਚੁੱਕੇ ਆ ਤਾਂ 16 ਸੀਜ਼ਨ ਹੋ ਚੁੱਕੇ ਆ ਤੇ ਹੁਣ ਜਿਹੜਾ ਹੈਗਾ ਸੀ 16ਵਾਂ ਸੀਜ਼ਨ ਸੀ ਇਸ ਦੀ ਜਿਹੜੀ ਹੈ ਕਿਹੜੀ ਟੀਮ ਜਿਹੜੀ ਉਹ ਵਿਜੇਤਾ ਹੈਗੀ ਆ ਗੁਜਰਾਤ ਟਾਈਮਜ਼ ਚੇਨਈ ਸੁਪਰ ਕਿੰਗਜ਼ ਰਾਜਸਥਾਨ ਰਾਇਲ ਦਿੱਲੀ ਕੈਪੀਟਲ ਤੇ ਅਨਸਰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਇਸ ਦੇ ਨਾਲ ਰਿਲੇਟਡ ਜਿਹੜੀ ਹੈਗੀ ਹੋਰ ਜਾਣਕਾਰੀ ਦੇ ਦੇਵਾਂ ਠੀਕ ਹੈ ਜੀ ਇਸ ਦਾ ਜਿਹੜਾ ਸਹੀ ਉੱਤਰ ਜਿਹੜਾ ਹੈਗਾ ਉਹ ਅਨਸਰ ਨੰਬਰ 2 ਹੈ ਚੇਨਈ ਸੁਪਰ ਕਿੰਗਜ਼ ਤੇ ਇਹਦੇ ਵਿੱਚ ਜਿਹੜੀ ਹੈਗੀ ਚੇਨਈ ਸੁਪਰ ਕਿੰਗਜ਼ ਜਿਹੜੀ ਹੈਗੀ ਪੰਜਵੀਂ ਵਾਰ ਜਿਹੜੀ ਹੈਗੀ ਆਈਪੀਐਲ ਦੀ ਜਿਹੜੀ ਹੈਗੀ ਉਹ ਵਿਜੇਤਾ ਟੀਮ ਬਣ ਚੁੱਕੀ ਹੈ ਠੀਕ ਹੈ ਜੀ ਤਾਂ ਫਿਫਥ ਵਾਰ ਜਿਹੜੀ ਹੈਗੀ ਇਸ ਵਾਰ ਜਿਹੜੀ ਹੈਗੀ ਚੇਨਈ ਸੁਪਰ ਕਿੰਗਜ਼ ਬਣ ਚੁੱਕੀ ਹੈ ਤਾਂ ਜਿਹੜੀ ਇੱਕ ਮੁੰਬਈ ਇਹ ਟੀਮ ਹੈਗੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੀ ਮੁੰਬਈ ਜਿਹੜੀ ਟੀਮ ਹੈਗੀ ਹੈ ਮੁੰਬਈ ਦੀ ਉਹ ਵੀ ਜਿਹੜੀ ਪੰਜ ਵਾਰ ਆਈਪੀਐਲ ਜਿਹੜੀ ਹੈਗੀ ਹੈ ਵਿਜੇਤਾ ਟੀਮ ਉਹ ਬਣ ਚੁੱਕੀ ਹੈ ਤਾਂ ਹੁਣ ਤੋਂ ਤੁਹਾਡੇ ਕੋਲੇ ਤਿੰਨ ਪ੍ਰਸ਼ਨ ਇਸ ਦੇ ਵਿੱਚ ਕਲੀਅਰ ਹੋ ਗਏ ਕਿ ਆਈਪੀਐਲ ਦੇ ਕਿੰਨੇ ਸੀਜ਼ਨ ਹੋਗੇ 16 ਸੀਜ਼ਨ ਹੋਗੇ ਠੀਕ ਹੈ ਜੀ ਤੇ ਜਿਹੜਾ 16ਵਾਂ ਸੀਜ਼ਨ ਆ ਉਹ ਚੰਨਈ ਸੁਪਰ ਕਿੰਗਸ ਦੁਆਰਾ ਜਿੱਤਿਆ ਗਿਆ ਤੇ ਚੰਨਈ ਸੁਪਰ ਕਿੰਗਸ ਜਿਹੜੀ ਪੰਜ ਵਾਰ ਆਈਪੀਐਲ ਜਿੱਤਣ ਵਾਲੀ ਟੀਮ ਬਣ ਚੁੱਕੀ ਹੈ ਇਸ ਤੋਂ ਇਲਾਵਾ ਜਿਹੜੀ ਮੁੰਬਈ ਹੈਗੀ ਹੈ ਉਹ ਵੀ ਜਿਹੜੀ ਹੈਗੀ ਹੈ ਪੰਜ ਵਾਰ ਆਈਪੀਐਲ ਜਿੱਤ ਚੁੱਕੀ ਹੈ ਕੀ ਹੈ ਕਦੋ-ਕਦੋ ਜਿੱਤ ਚੁੱਕੀ ਹੈ ਆਈਪੀਐਲ ਤਾਂ ਇਹ ਜਿਹੜੀ ਹੈਗੀ 2010 11 18 21 ਅਤੇ 2023 ਦੇ ਵਿੱਚ ਜਿਹੜੀ ਹੈਗੀ ਕਰੰਟ ਦੇ ਵਿੱਚ ਹੁਣ ਜਿਹੜੀ ਹੈ ਇਹ ਉਹ ਆਈਪੀਐਲ ਸੀਜ਼ਨ ਜਿੱਤ ਕੇ ਜਿਹੜੀ ਕੀ ਉਹ ਆਈਪੀਐਲ ਵਿਜੇਤਾ ਟੀਮ ਬਣ ਚੁੱਕੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਣੇ ਕੋਲੇ ਪ੍ਰਸ਼ਨ ਨੰਬਰ 2 ਆ ਗਿਆ ਕਿ ਭਾਰਤ ਦੀ ਪਹਿਲੀ ਹਾਈਡਰੋਜਨ ਫਿਊਲ ਸੈੱਲ ਜਿਹੜੀ ਬੱਸ ਉਹ ਕਿੱਥੇ ਚਲਾਈ ਜਾਊਗੀ ਠੀਕ ਹੈ ਜੀ ਤੁਸੀਂ ਨੇ ਦੇਖਿਆ ਹੋਣਾ ਕਿ ਜਿਹੜੀਆਂ ਆਪਣੀਆਂ ਗੱਡੀਆਂ ਤੇ ਮੋਟਰ ਵਹੀਕਲ ਆ ਉਹ ਇਲੈਕਟ੍ਰੀਕਲ ਵੀ ਚੱਲਦੇ ਆ ਪੈਟਰੋਲ ਤੇ ਚੱਲਦੇ ਆ ਡੀਜ਼ਲ ਤੇ ਚੱਲਦੇ ਆ ਤੇ ਜਿਹੜੀ ਹਾਈਡਰੋਜਨ ਫਿਊਲ ਵਾਲੀ ਜਿਹੜੀ ਇੱਕ ਇੰਜੀਨੀਅਰਸ ਨੇ ਰეკਮੈਂਡ ਕੀਤੀ ਸੀਗੀ ਠੀਕ ਹੈ ਜੀ ਟੈਕਨੀਕ ਹਾਈਡਰੋਜਨ ਫਿਊਲ ਤੇ ਚੱਲਣ ਵਾਲੀ ਜਿਹੜੀ ਬੱਸ ਆ ਉਹ ਇੱਕ ਬਣ ਚੁੱਕੀ ਹੈਗੀ ਤੇ ਉਹ ਜਿਹੜੀ ਹੈਗੀ ਸਭ ਤੋਂ ਪਹਿਲਾ ਜਿਹੜੀ ਹਾਈਡਰੋਜਨ ਫਿਊਲ ਸੈੱਲ ਬੱਸ ਆ ਉਹ ਕਿੱਥੇ ਦਿੱਲੀ ਬੈਂਗਲੌਰ ਪੂਨੇ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋ ਜੂਗਾ ਪੂਨੇ ਪੂਨੇ ਦੇ ਵਿੱਚ ਜਿਹੜੀ ਹੈਗੀ ਹੈ ਇੰਡੀਆ ਦੀ ਪਹਿਲੀ ਜਿਹੜੀ ਹੈਗਾ ਹਾਈਡਰੋਜਨ ਫਿਊਲ ਤੇ ਚੱਲਣ ਵਾਲੀ ਬੱਸ ਹੈ ਜਿਹੜੀ ਉਹ ਚਲਾਈ ਜਾਊਗੀ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਇੱਕ ਪ੍ਰਸ਼ਨ ਹੈ ਕਿ ਬੇਟੀ ਬਚਾਓ ਬੇਟੀ ਪੜਾਓ ਜਿਹੜੀ ਮੁਹਿੰਮ ਹੈ ਇਹ ਜਿਹੜੀ ਨਰਿੰਦਰ ਮੋਦੀ ਨੇ ਸ਼ੁਰੂ ਕੀਤੀ ਹੋਈ ਸੀ ਠੀਕ ਹੈ ਜੀ ਤੇ ਇਹਦਾ ਜਿਹੜਾ ਨਾਮ ਬਦਲ ਕੇ ਉਹ ਕੀ ਰੱਖ ਦਿੱਤਾ ਗਿਆ ਤਾਂ ਇਹਦੇ ਵਿੱਚ ਆਪਸ਼ਨ 1 ਹੈ ਬੇਟੀ ਸਭ ਤੋਂ ਅੱਗੇ ਬਾਦਲ ਬਦਲਾਵ none of these ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਤਾਂ ਇਸ ਦੇ ਵਿੱਚ ਜਿਹੜੀ ਰਾਈਟ ਆਪਸ਼ਨ ਹੋ ਜੂਗੀ ਇਸ ਦੇ ਜਿਹੜੇ ਬਦਲਾਵ ਜਿਹੜੀ ਹੈਗੀ ਹੈ ਕਿ ਆਪਸ਼ਨ ਨੰਬਰ 3 ਉਹ ਬੇਟੀ ਬਚਾਓ ਬੇਟੀ ਪੜਾਓ ਦਾ ਜਿਹੜਾ ਉਹ ਨਾਮ ਜਿਹੜਾ ਬਦਲ ਕੇ ਰੱਖ ਦਿੱਤਾ ਤਾਂ ਇਸ ਦੇ ਵਿੱਚ ਬਦਲਾਵ ਦੀ ਫੁੱਲ ਫਾਰਮ ਹੈਗੀ ਹੈ ਬੇਟੀ ਆਪਣਾ ਧਨ ਲక్ష్ਮੀ ਅਤੇ ਵਿਜੈ ਲక్ష్ਮੀ ਇਹ ਹਿੰਦੀ ਦੇ ਵਿੱਚੋਂ ਮੈਂ ਟਰਾਂਸਫਰ ਕੀਤਾ ਹੋਇਆ ਤਾਂ ਤੁਹਾਨੂੰ ਇਹਦਾ ਮਤਲਬ ਜਿਹੜਾ ਬਣ ਜੂਗਾ ਜਿਵੇਂ ਬੇਟੀ ਆਪਣਾ ਧਨ ਲక్ష్ਮੀ ਤੇ ਨਾਲ ਹੀ ਆ ਜੂਗਾ ਵਿਜੇ ਲక్ష్ਮੀ ਠੀਕ ਹੈ ਜੀ ਐਂਡ ਵਿਜੇ ਲక్ష్ਮੀ ਤਾਂ ਇਹ ਜਿਹੜੀ ਹੈਗਾ ਬਦਲਾਵ ਇਹਨੂੰ ਤੁਸੀਂ ਸ਼ਾਰਟ ਚ ਯਾਦ ਕਰਨਾ ਹੈ ਬੇਟੀ ਪਚਾਓ ਬੇਟੀ ਪੜਾਓ ਦੇ ਜਿਹੜਾ ਉਹ ਨਾਰਾ ਬਦਲ ਕੇ ਉਹ ਕਰਤਾ ਬੇਟੀ ਆਪਣਾ ਧਨ ਲక్ష్ਮੀ ਅਤੇ ਵਿਜੇ ਲక్ష్ਮੀ ਠੀਕ ਹੈ ਜੀ ਤੇ ਹਿੰਦੀ ਚ ਆਪਾਂ ਦੇਖੀਏ ਤੇ ਜੇ ਬਣੂਗੀ ਬੇਟੀ ਆਪਣਾ ਧਨ ਲక్ష్ਮੀ ਔਰ ਵਿਜੇ ਲక్ష్ਮੀ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆਪਣੇ ਕੋਲੇ ਪ੍ਰਸ਼ਨ ਹੈਗਾ ਕਿ ਦੇਸ਼ ਦੀ ਪਹਿਲੀ ਡਬਲ ਟੇਕਰ ਜਿਹੜੀ ਇਲੈਕਟ੍ਰਿਕ ਬੱਸ ਆ ਉਹ ਕਿੱਥੇ ਚਲਾਈ ਜਾਊਗੀ ਤੇ ਤੁਸੀਂ ਦੇਖਿਆ ਹੋਣਾ ਕਿ ਸਿੰਗਲ ਟਿੱਕਰ ਤੋਂ ਬਸਾਂ ਚੱਲਦੀਆਂ ਹੈਗੀਆਂ ਤੇ ਜਿਹੜੀ ਹੈਗੀ ਆ ਕਿ ਦੇਸ਼ ਦੀ ਜਿਹੜੀ ਪਹਿਲੀ ਇਲੈਕਟ੍ਰਿਕ ਬੱਸ ਹੈਗੀ ਉਹ ਉਹ ਵੀ ਡਬਲ ਟਿੱਕਰ ਮਤਲਬ ਇੱਕ ਇੱਕ ਤਾਂ ਹੁੰਦੀ ਆ ਆਪਣੀ ਜਿਹੜੇ ਨਾਰਮਲ ਬੱਸਾਂ ਚੱਲਦੀਆਂ ਨੇ ਸਿੰਗਲ ਛੱਤ ਵਾਲੀਆਂ ਤੇ ਉਸ ਤੋਂ ਬਾਅਦ ਜਿਹੜੀ ਹੁੰਦੀ ਹੈ ਡਬਲ ਟੇਕਰ ਇੱਕ ਛੱਤ ਦੇ ਉੱਪਰ ਇੱਕ ਹੋਰ ਛੱਤ ਹੁੰਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਆਹ ਫਰਸਟ ਮੰਜ਼ਲ ਹੋਗੀ ਜਾਂ ਦੂਸਰੀ ਫਲੋਰ ਹੋਗੀ ਠੀਕ ਹੈ ਜੀ ਆਪਾਂ ਚੱਲਦੇ ਹਾਂ ਸਿੰਗਲ ਟੇਕਰ ਜਿਹੜੀ ਇੱਕ ਛੱਤ ਦੇ ਉੱਪਰ ਦੂਸਰੀ ਛੱਤ ਹੁੰਦੀ ਹੈ ਉਹਨੂੰ ਆਪਾਂ ਡਬਲ ਟੇਕਰ ਕਹਿ ਦਿੰਦੇ ਹਾਂ ਤੇ ਜਿਹੜੀ ਇਹ ਇਲੈਕਟ੍ਰਿਕ ਬੱਸ ਆ ਜਿਹੜੀ ਪਹਿਲੀ ਇਲੈਕਟ੍ਰਿਕ ਬੱਸ ਹੈ ਜਿਹੜੀ ਡਬਲ ਟੇਕਰ ਉਹ ਕਿੱਥੇ ਚਲਾਈ ਜਾਊਗੀ ਦਿੱਲੀ ਪਟਨਾ ਚੇਨਈ ਮੁੰਬਈ ਤਾਂ ਇਹਦਾ ਰਾਈਟ ਆਨਸਰ ਹੋ ਜਾਊਗਾ ਆਨਸਰ ਨੰਬਰ 4 ਮੁੰਬਈ ਦੇ ਵਿੱਚ ਜਿਹੜੀ ਹੈਗੀ ਹੈਗੀ ਡਬਲ ਟੇਕਰ ਪਹਿਲੀ ਇਲੈ ਉਸ ਤੋਂ ਅੱਗੇ ਆਪਣੇ ਕੋਲ ਫੇਰ ਇੱਕ ਕੁਐਸਚਨ ਹੁੰਦਾ ਆਈਪੀਐਲ ਤੋਂ ਆਈਪੀਐਲ 2023 ਵਿੱਚ ਔਰੇਂਜ ਕੈਪ ਕਿਸ ਨੂੰ ਮਿਲੀ ਹੈ ਠੀਕ ਹੈ ਜੀ ਤਾਂ ਆਪਸ਼ਨ ਹੈਗਾ ਸ਼ੁਭਮ ਗਿੱਲ ਵਿਰਾਟ ਕੋਹਲੀ ਕ੍ਰਿਸ ਗੇਲ ਇਹਨਾਂ ਵਿੱਚੋਂ ਕੋਈ ਵੀ ਨਹੀਂ ਠੀਕ ਹੈ ਜੀ ਤਾਂ ਇਹਦਾ ਰਾਈਟ ਆਨਸਰ ਜਿਹੜਾ ਹੋਊਗਾ ਸ਼ੁਭਮ ਗਿੱਲ ਹੈ ਜਿਹੜਾ ਕਿ ਗੁਜਰਾਤ ਟਾਈਟਲ ਦਾ ਖਿਡਾਰੀ ਹੈ ਠੀਕ ਹੈ ਜੀ ਇਸ ਨੂੰ 890 ਨੰਬਰ ਬਣਾਉਣ ਤੇ ਜਿਹੜੀ ਹੈਗੀ ਇਸ ਨੂੰ ਔਰੇਂਜ ਕੈਪ ਮਿਲੀ ਹੈ ਇਸ ਪ੍ਰਸ਼ਨ ਦੇ ਵਿੱਚ ਵੀ ਕਾਫੀ ਚੀਜ਼ਾਂ ਕਵਰ ਹੋ ਗਈਆਂ ਜਿੱਦਾਂ ਕਿ ਆਈਪੀਐਲ 2023 ਵਿੱਚ ਔਰੇਂਜ ਕੈਪ ਕਿਸ ਨੂੰ ਮਿਲੀ ਹੈ ਤਾਂ ਔਰੇਂਜ ਕੈਪ ਜਿਹੜੀ ਹੈਗੀ ਸਭ ਤੋਂ ਵੱਧ ਨੰਬਰ ਬਣਾਉਣ ਵਾਲੇ ਨੂੰ ਮਿਲਦੀ ਹੈ ਠੀਕ ਹੈ ਜੀ ਤਾਂ ਇਹਨੇ 890 ਨੰਬਰ ਜਿਹੜੇ ਬਣਾ ਕੇ ਇਹ ਜਿਹੜੀ ਹੈਗੀ ਔਰੇਂਜ ਕੈਪ ਲਈ ਹੈਗੀ ਤੇ ਇਹ ਸ਼ੁਭਮ ਗਿੱਲ ਹੈਗਾ ਸ਼ੁਭਮ ਗਿੱਲ ਜਿਹੜਾ ਹੈ ਕਿੱਥੋਂ ਕਿਸ ਦੇ ਨਾਲ ਰਿਲੇਟਡ ਹੈ ਤਾਂ ਗ ਜਿਹੜੀ ਹੈਗੇ ਸ਼ੋਭਮ ਗਿੱਲੂ ਨੇ ਲਈ ਹੈ ਜਿਹੜਾ ਕਿ ਗੁਜਰਾਤ ਟਾਈਟਲ ਦੀ ਟੀਮ ਦਾ ਖਿਡਾਰੀ ਹੈਗਾ ਵਾ ਉਸ ਤੋਂ ਅੱਗੇ ਆਪਣੇ ਕੋਲ ਇੱਕ ਪ੍ਰਸ਼ਨ ਹੈ ਕਿ ਅਰਵਿੰਦ ਕੇਜਰੀਵਾਲ ਨੇ 2000 ਅੱਜ ਅਰਵਿੰਦ ਕੇਜਰੀਵਾਲ ਨੇ 2 ਅਗਸਤ 2022 ਵਿੱਚ ਇੱਕ ਕਿਹੜੀ ਨੈਸ਼ਨਲ ਅਭਿਆਨ ਦੀ ਜਿਹੜੀ ਕਿ ਸ਼ੁਰੂਆਤ ਕੀਤੀ ਹੈ ਤਾਂ ਅਰਵਿੰਦ ਕੇਜਰੀਵਾਲ ਨੇ 2022 ਵਿੱਚ ਇੱਕ ਜਿਹੜਾ ਹੈਗਾ ਨੈਸ਼ਨਲ ਜਿਹੜਾ ਹੈਗਾ ਅਭਿਆਨ ਸ਼ੁਰੂ ਕੀਤਾ ਸੀਗਾ ਉਸ ਦਾ ਨਾਮ ਕੀ ਸੀਗਾ ਮੇਕ ਇਨ ਮੇਕ ਇੰਡੀਆ ਬੈਸਟ ਮੇਕ ਇੰਡੀਆ ਨੰਬਰ 1 ਪਹਿਲੇ ਦੋਵੇਂ ਹੀ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਤਾਂ ਜਿਹੜਾ 2022 ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਨਾਰਾ ਲਿਆਂਦਾ ਸੀਗਾ ਕਿ ਮੇਕ ਇੰਡੀਆ ਨੰਬਰ 1 ਤਾਂ ਇਹਦਾ ਜਿਹੜਾ ਰਾਈਟ ਆਨਸਰ ਆਨਸਰ ਨੰਬਰ 2 ਹੋ ਜੂਗਾ ਅਰਵਿੰਦ ਕੇਜਰੀਵਾਲ ਨੇ 2022 ਦੇ ਵਿੱਚ ਇੱਕ ਨੈਸ਼ਨਲ ਅਭਿਆਨ ਲਿਆਂਦਾ ਸੀਗਾ ਜਿਸ ਦਾ ਨਾਮ ਸੀਗਾ ਮੇਕ ਇੰਡੀਆ ਨੰਬਰ 1 ਠੀਕ ਹੈ ਜੀ ਉਸ ਤੋਂ ਦਾ ਅਗਲਾ ਪ੍ਰਸ਼ਨ ਫੇਰ ਆਪਣੇ ਕੋਲ ਆਈਪੀਐਲ ਦਾ ਹੁੰਦਾ ਹੈਗਾ ਕਿਉਂਕਿ ਆਈਪੀਐਲ ਨਾਲ ਰਿਲੇਟਡ ਸਾਰੇ ਹੀ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਗੱਲੀ ਮੈਂ ਕਹੂੰਗਾ ਸਬ ਇਨਸਪੈਕਟਰ ਤੁਸੀਂ ਨੈਸ਼ਨਲ ਸੈਂਟਰ ਐਗਜ਼ਾਮ ਕੋਈ ਵੀ ਦੇਣਾ ਤਾਂ ਉਹਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਜਿਹੜੀਆਂ ਸੀ ਉਹ ਪੁੱਛੀਆਂ ਜਾਣੀਆਂ ਹੀ ਜਾਣਗੀਆਂ ਠੀਕ ਹੈ ਜੀ 2023 ਦੇ ਵਿੱਚ ਆਈਪੀਐਲ ਦੇ ਵਿੱਚ ਜਿਹੜੀ ਪਰਪਲ ਕੈਪ ਹੈ ਉਹ ਕਿਸ ਨੂੰ ਮਿਲੀ ਹੈ ਇਸ ਦੇ ਵਿੱਚ ਵੀ ਤੁਹਾਡੇ ਦੋ ਤਿੰਨ ਪ੍ਰਸ਼ਨ ਜਿਹੜੇ ਮੈਂ ਕਵਰ ਕਰਨ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਜੀ ਤਾਂ ਜਿਹੜੀ ਪਰਪਲ ਕੈਪ ਹੈ ਉਹ ਕਿਹਨੂੰ ਮਿਲਦੀ ਹੈ ਤੇ ਕਦੋਂ ਮਿਲਦੀ ਹੈ ਇਸ ਦੇ ਵਿੱਚ ਜਿਹੜੇ ਪਹਿਲੇ অপਸ਼ਨ ਨੇ ਰਸ਼ੀਦ ਖਾਨ ਮੁਹੰਮਦ ਸ਼ਮੀ ਮੋਹਿਤ ਸ਼ਰਮਾ ਪਿਯੂਸ਼ ਗੋਇਲ ਠੀਕ ਹੈ ਜੀ ਇਹਨਾਂ ਦੇ ਵਿੱਚ ਜਿਹੜੀ ਹੈਗਾ ਮੁਹੰਮਦ ਸ਼ਮੀ ਨੂੰ ਜਿਹੜੀ ਹੈਗੀ ਪਰਪਲ ਕੈਪ ਮਿਲੀ ਹੈ ਕਿਉਂਕਿ ਜਿਹੜਾ ਸਭ ਤੋਂ ਵੱਧ ਵਿਕਟਾਂ ਲੈਂਦਾ ਖਿਡਾਰੀ ਤਾਂ ਉਹਨੂੰ ਪਰਪਲ ਕੈਪ ਮਿਲਦੀ ਹੈ ਠੀਕ ਹੈ ਜੀ ਸਭ ਤੋਂ ਵੱਧ ਨੰਬਰ ਬਣਾਉਣ ਵਾਲੇ ਨੂੰ ਔਰੇਂਜ ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਨੂੰ ਪਰਪਲ ਕੈਪ ਮਿਲਦੀ ਹੈ ਤਾਂ ਮੁਹੰਮਦ ਸ਼ਮੀ ਨੇ ਕਿੰਨ ਟਲੈਂਡੀ ਤੌਰ ਤੇ ਪਰਪਲ ਕੈਪ ਉਹ ਮਿਲੀ ਹੋਈ ਹੈ ਠੀਕ ਹੈ ਜੀ ਇਸ ਵਾਰ 12ਵੀਂ ਮਹਾਰਤਨ ਕੰਪਨੀ ਦਾ ਦਰਜਾ ਕਿਸ ਨੂੰ ਮਿਲਿਆ ਤਾਂ ਆਪਣੇ ਇੰਡੀਆ ਦੇ ਵਿੱਚ ਇੱਕ ਸਰਵੇ ਹੁੰਦਾ ਜਿਸ ਦੇ ਵਿੱਚ ਆਪਾਂ ਜਿਹੜੀਆਂ ਮਹਾਰਤਨ ਕੰਪਨੀਆਂ ਨਿਕਲਦੀਆਂ ਨਹੀਂ ਹੈ ਇੰਡੈਕਸ ਰੇਟਿੰਗ ਦਾ ਕੁਐਸਚਨ ਹੈ ਇਹ ਇੰਡੈਕਸ ਰੇਟਿੰਗ ਨਾਲ ਰਿਲੇਟਡ ਤਾਂ ਇਹਦੇ ਵਿੱਚ ਜਿਹੜੀ 12ਵੀਂ ਜਿਹੜੀ ਮਹਾਰਤਨ ਕੰਪਨੀ ਜਿਹੜੀ ਚੁਣੀ ਗਈ ਹੈ ਉਹ ਕਿਹੜੀ ਹੈਗੀ ਤਾਂ ਇਸ ਦੇ ਵਿੱਚ ਆਪਾਂ ਜਿਹੜਾ ਹੈਗਾ ਆਪਾਂ অপਸ਼ਨ 1 ਐਨਟੀਪੀਸੀ ਐਚਸੀਐਲ ਆਈ ਆਰ ਆਈਸੀਟੀ REC ਤਾਂ ਇਹਨਾਂ ਦੇ অপਸ਼ਨ ਤੋਂ ਪਹਿਲਾਂ ਮੈਂ ਆਨਸਰ ਦੱਸਣ ਤੋਂ ਪਹਿਲਾਂ ਤੁਹਾਨੂੰ ਇਹਨਾਂ ਦੀ ਜਿਹੜੀ ਹੈ ਫੁੱਲ ਫਾਰਮ ਦੱਸ ਦਵਾਂ NTPC ਦੀ ਜਿਹੜੀ ਫੁੱਲ ਫਾਰਮ ਹੈਗੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ HCL ਆ ਹਿੰਦੁਸਤਾਨ ਕੰਪਿਊਟਰ ਲਿਮਟਿਡ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ RICT ਹੈਗੀ ਹੈ ਰੂਲਰ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਠੀਕ ਹੈ ਜੀ ਐਂਡ ਦੇ ਆਪਣੇ ਕੋਲ ਹੈਗੀ ਆ REC ਰੂਲਰ ਇਲੈਕਟ੍ਰਿਫਿਕੇਸ਼ਨ ਕਾਰਪੋਰੇਸ਼ਨ ਤਾਂ ਜਿਹੜੀ ਇਸ ਦੇ ਵਿੱਚ ਵਾਰਮੀ ਜਿਹੜੀ ਹੈਗੀ ਹੈ ਮਹਾਰਾਤਨ ਕੰਪਨੀ ਚੁਣੀ ਗਈ ਹੈ ਇਸ ਵਾਰ ਤਾਂ ਉਹਦਾ ਨਾਮ ਹੈਗਾ অপਸ਼ਨ ਨੰਬਰ 4 REC ਜਿਸ ਦੀ ਫੁੱਲ ਫਾਰਮ ਹੈਗਾ ਰੂਲਰ ਇਲੈਕਟ੍ਰਿਫਿਕੇਸ਼ਨ ਕਾਰਪੋਰੇਸ਼ਨ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਣੇ ਕੋਲੇ ਜਿਹੜਾ ਹੈਗਾ ਅਗਲਾ ਪ੍ਰਸ਼ਨ ਹੈਗਾ ਉਹ ਆਈਪੀਐਲ ਤੋਂ ਆਈਪੀਐਲ 2023 ਵਿੱਚ ਕਿੰਨੇ ਮੈਚ ਹੋਏ ਆ ਤਾਂ ਜਿਹੜੇ ਆਈਪੀਐਲ 2023 ਦੇ ਵਿੱਚ ਹੈਗੇ 68 70 72 74 ਤੇ ਇਹਨਾਂ ਦੇ ਵਿੱਚੋਂ ਰਾਈਟ ਆਨਸਰ ਤੁਹਾਡਾ ਹੋ ਜੂਗਾ 70 ਮੈਚ ਜਿਹੜੇ ਹੋ ਇਸ ਵਾਰ ਆਈਪੀਐਲ ਦੇ ਵਿੱਚ ਹੋਏ ਆ ਠੀਕ ਹੈ ਜੀ ਜਿਹੜਾ ਇਹ ਪ੍ਰਸ਼ਨ ਹੈ ਜੀ ਇਹ ਬੋਸ ਬਹੁਤ ਜਿਆਦਾ ਮੋਸਟ ਇੰਪੋਰਟੈਂਟ ਹੈ ਕਿਉਂਕਿ ਸੀਟਯੂ ਡਰਾਈਵਰ ਕੰਡੈਕਟਰ ਦੀ ਤਿਆਰੀ ਕਰ ਰਿਹਾ ਚਾਹੇ ਕੋਈ ਪੰਜਾਬ ਦੇ ਪੇਪਰ ਦੀ ਤਿਆਰੀ ਕਰ ਰਿਹਾ ਚਾਹੇ ਹਰਿਆਣੇ ਦਾ ਕੋਈ ਸਟੂਡੈਂਟ ਆਪਣੀ ਵੀਡੀਓ ਦੇਖ ਰਿਹਾ ਤਾਂ ਇਹ ਪ੍ਰਸ਼ਨ ਜਿਹੜਾ ਵੀ ਹੈਗਾ ਕੋਈ ਐਗਜ਼ਾਮ ਤੁਹਾਡਾ ਤੋਂ ਉਹਦੇ ਵਿੱਚ ਆਊਗਾ ਹੀ ਆਊਗਾ ਭਾਰਤ ਦਾ ਪਹਿਲਾ ਹਵਾਈ ਸੈਨਾ ਵਿਰਾਸਤ ਜਿੱਦਾਂ ਆਪਣਾ ਖਾਲਸਾ ਵਿਰਾਸਤ ਬਣਿਆ ਹੋਇਆ ਉਹ ਪੰਜਾਬੀਆਂ ਦੀ ਜਿਹੜੀ ਹੈਗੀ ਯਾਦਾਂ ਨੂੰ ਸੰਜੋਗ ਕੇ ਰੱਖਿਆ ਹੋਇਆ ਉਹ ਪੰਜਾਬੀ ਕਲਚਰ ਨਾਲ ਰਿਲੇਟਡ ਹੈ ਤਾਂ ਉਸ ਤਰ੍ਹਾਂ ਜਿਹੜਾ ਆਪਣਾ ਇੱਥੇ ਜਿਹੜਾ ਹੈਗਾ ਭਾਰਤ ਦਾ ਪਹਿਲਾ ਹਵਾਈ ਸੈਨਾ ਵਿਰਾਸਤ ਹਵਾਈ ਸੈਨਾ ਨਾਲ ਰਿਲੇਟਡ ਜਿਹੜਾ ਵਿਰਾਸਤੇ ਹਵਾਈ ਸੈਨਾ ਠੀਕ ਹੈ ਜੀ ਉਹ ਜਿਹੜਾ ਹੈਗਾ ਕੇਂਦਰ ਸਰਕਾਰ ਜਿਹੜੀ ਉਹ ਕਿਸ ਸ਼ਹਿਰ ਦੇ ਵਿੱਚ ਬਣਾਉਣ ਜਾ ਰਹੀ ਹੈਗੀ ਤਾਂ ਸੈਂਟਰ ਸਰਕਾਰ ਨੇ ਪ੍ਰਸਤਾਵ ਲਿਆਂਦਾ ਕਿ ਅਸੀਂ ਹਵਾਈ ਸੈਨਾ ਵਿਰਾਸਤ ਬਣਾਉਣੀ ਹੈ ਇੱਕ ਠੀਕ ਹੈ ਜੀ ਮਿਊਜ਼ੀਅਮ ਬਣਾਉਣਾ ਹੈ ਹਵਾਈ ਸੈਨਾ ਦਾ ਤਾਂ ਉਹ ਕਿਹੜੇ ਸ਼ਹਿਰ ਚ ਬਣਾਇਆ ਜਾਊਗਾ ਚੰਡੀਗੜ੍ਹ ਸੌਰੀ ਲੁਧਿਆਣਾ ਚੰਡੀਗੜ੍ਹ ਅੰਮ੍ਰਿਤਸਰ ਮੁਹਾਲੀ ਤਾਂ ਇਹਨਾਂ ਦੇ ਵਿੱਚੋਂ ਰਾਈਟ ਆਨਸਰ ਤੁਸੀਂ ਚੂਜ਼ ਕਰਨਾ ਤਾਂ ਇਹਦਾ ਰਾਈਟ ਆਨਸਰ ਆਨਸਰ ਨੰਬਰ 2 ਹੋ ਜਾਊਗਾ ਠੀਕ ਹੈ ਜੀ ਜਿਹੜਾ ਭਾਰਤ ਦਾ ਪਹਿਲਾ ਹਵਾਈ ਸੈਨਾ ਵਾਸਤੇ ਵਿਰਾਸਤ ਜਾਂ ਮਿਊਜ਼ੀਅਮ ਬਣਾਇਆ ਜਾਊਗਾ ਅਜਾਇਬ ਘਰ ਉਹ ਜਿਹੜਾ ਹੈਗਾ ਚ ਉਸ ਤੋਂ ਬਾਅਦ ਫਿਰ ਆਪਣੇ ਕੋਲ ਇੱਕ ਪ੍ਰਸ਼ਨ ਹੁੰਦਾ ਟਾਟਾ ਸੌਰੀ ਆਈਪੀਐਲ ਦਾ ਆਈਪੀਐਲ 2023 ਦੇ ਜਿਹੜੇ ਹੈਗਾ ਟਾਈਟਲ ਸਪான்ਸਰ ਕੌਣ ਹੈ ਤੁਸੀਂ ਦੇਖਿਆ ਹੋਣਾ ਜਦੋਂ ਵੀ ਆਈਪੀਐਲ ਦੀ ਐਡ ਆਉਂਦੀ ਹੈ ਤਾਂ ਉਹਦੇ ਉੱਪਰ ਇੱਕ ਲੋਗੋ ਲੱਗਿਆ ਹੁੰਦਾ ਜਿਹੜੀ ਕੰਪਨੀ ਉਹਨੂੰ ਸਪான்ਸਰ ਕਰ ਰਹੀ ਹੈ ਠੀਕ ਹੈ ਜੀ ਤਾਂ ਇਹਦੇ ਵਿੱਚੋਂ ਟਾਟਾ Jio Dream 11 ਜਾਂ DLF ਇਹ ਕੰਪਨੀਆਂ ਦੇ ਵਿੱਚੋਂ ਤੁਸੀਂ ਚੂਜ਼ ਕਰਨਾ ਕਿ ਕਿਹੜੀ ਕੰਪਨੀ ਹੈ ਜਿਹੜੀ ਇਸ ਵਾਰ ਟਾਈਟਲ ਸਪான்ਸਰ ਹੈਗੀ ਹੈ ਤੁਸੀਂ ਜਦੋਂ ਵੀ ਦੇਖਿਆ ਹੁਣ ਜਿਹੜਾ ਹੁਣ ਆਈਪੀਐਲ ਹੁੰਦਾ ਤਾਂ ਉਹਦੇ ਉੱਪਰ ਜਿਹੜੀ ਹੈਗੀ ਹੈ ਕਿ ਇੱਕ ਲੋਗੋ ਆਉਂਦਾ ਹੁੰਦਾ ਟਾਟਾ ਦਾ ਠੀਕ ਹੈ ਜੀ ਤਾਂ ਇਸ ਦਾ ਮਤਲਬ ਕਿ ਜਿਹੜਾ ਟਾਟਾ ਹੈਗਾ ਵਾ ਉਹ ਆਈਪੀਐਲ 2023 ਨੂੰ ਜਿਹੜਾ ਹੈਗਾ ਸਪான்ਸਰ ਕਰ ਰਿਹਾ ਹੈ ਪਿਛਲੇ 2 ਸਾਲ ਤੋਂ ਕਰ ਰਿਹਾ ਹੈ ਠੀਕ ਹੈ ਜੀ 2 ਸਾਲ ਦਾ ਐਗਰੀਮੈਂਟ ਹੁੰਦਾ ਹੈ ਪਿਛਲੇ ਸਾਲ ਵੀ ਇਸ ਨੇ ਕੀਤਾ ਸੀ ਟਾਟਾ ਨੇ ਇਹ ਟਾਈਟਲ ਸਪான்ਸਰ ਤੇ ਇਹ ਜਿਹੜਾ ਹੁਣ 2023 ਦੇ ਵਿੱਚ ਕੀਤਾ ਇਹ ਵੀ ਜਿਹੜਾ ਹੈਗਾ ਟਾਟਾ ਨੇ ਇਹੀ ਕੀਤਾ ਤਾਂ ਜਿਹੜਾ ਹੈਗਾ ਇਸ ਦਾ ਰਾਈਟ ਆਨਸਰ ਆਨਸਰ ਨੰਬਰ 1 ਹੋ ਜਾਊਗਾ ਆਪਸ਼ਨ ਨੰਬਰ ਕਿ ਟਾਟਾ ਜਿਹੜੀ ਹੈਗੀ ਹੈਗੀ ਏਸ ਜਿਹੜੀ ਹੈਗੀ ਇਸ ਦੀ IPL 2023 ਤੇ 22 ਦੀ ਜਿਹੜੀ ਹੈਗੀ ਟਾਈਟਲ ਸਪான்ਸਰ ਸੀਗੀ ਤੇ ਇਹ ਜਿਹੜਾ ਐਗਰੀਮੈਂਟ ਹੈ ਉਹ ਅਗਲੇ ਸਾਲ ਖਤਮ ਹੋ ਜਾਊਗਾ ਜੇ ਅਗਲੇ ਸਾਲ ਐਗਰੀਮੈਂਟ ਕਿਸੇ ਹੋਰ ਕੰਪਨੀ ਨੂੰ ਮਿਲ ਗਿਆ ਤਾਂ ਹੋ ਸਕਦਾ ਤੁਹਾਨੂੰ ਜਿਹੜਾ ਟਾਈਟਲ ਜਿਹੜਾ ਆਊਗਾ ਉੱਪਰ ਉਹ ਜਿਹੜਾ ਹੈਗਾ ਕਿਸੇ ਹੋਰ ਕੰਪਨੀ ਨੂੰ ਦੇਖਣ ਦਾ ਮਿਲੇ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਆਪਣੇ ਕੋਲੇ ਹੈਗਾ ਕਿ ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਕਿਸ ਜ਼ਿਲ੍ਹੇ ਵਿੱਚ ਜਿਹੜੀ ਹੈ ਏਮਜ਼ ਦਾ ਉਦਘਾਟਨ ਕੀਤਾ ਤਾਂ ਜਿਹੜੀ ਏਮਜ਼ ਦੀ ਫੁੱਲ ਫਾਰਮ ਹੈਗੀ ਆ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਠੀਕ ਹੈ ਜੀ ਇਹ ਤੁਸੀਂ ਨੇ ਯਾਦ ਰੱਖਣਾ ਏਮਜ਼ ਦੀ ਫੁੱਲ ਫਾਰਮ ਹੈਗੀ ਆ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਤਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਜਿਹੜੀ ਹੈ ਉਦਘਾਟਨ ਕੀਤਾ ਹਮੀਰਪੁਰ ਮੰਡੀ ਸ਼ਿਮਲਾ ਬਿਲਾਸਪੁਰ ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਹੋ ਜੂਗਾ ਆਨਸਰ ਨੰਬਰ 4 ਬिलासपुर ਜਿਹੜਾ ਹੈਗਾ ਉਹਦੇ ਵਿੱਚ ਜਿਹੜੀ ਹੈ ਪ੍ਰਧਾਨ ਮੰਤਰੀ ਨੇ ਜਿਹੜੀ ਹੈਗੀ ਹੈਗੀ ਉਹ ਏਮਜ਼ ਦੀ ਸਥਾਪਨਾ ਕੀਤੀ ਆ ਮਤਲਬ ਉਦਘਾਟਨ ਕੀਤਾ ਵਾ ਨਹੀਂ ਪੱਥਰ ਰੱਖਿਆ ਵਾ ਠੀਕ ਹੈ ਜੀ ਆਈਪੀਐਲ 2023 ਦੇ ਅੰਪਾਇਰ ਪਾਰਟਨਰ ਕੌਣ ਨੇਗੇ ਠੀਕ ਹੈ ਜੀ ਤੁਸੀਂ ਦੇਖਿਆ ਹੋਣਾ ਜਦੋਂ ਵੀ ਤੁਸੀਂ ਆਈਪੀਐਲ ਦੇਖਦੇ ਹੋ ਅੰਪਾਇਰ ਹੁੰਦੇ ਆ ਉਹਨਾਂ ਦੇ ਜਿਹੜੀਆਂ ਟੀ-ਸ਼ਰਟਸ ਪਾਈਆਂ ਹੁੰਦੀਆਂ ਨੇ ਉਹ ਕਿਸੇ ਕੰਪਨੀ ਵੱਲੋਂ ਸਪான்ਸਰ ਕੀਤੀਆਂ ਹੁੰਦੀਆਂ ਨੇ ਉੱਥੇ ਤੁਸੀਂ ਨੇ ਦੇਖਿਆ ਹੀ ਹੋਣਾ ਤੇ ਆਈਪੀਐਲ 2023 ਦਾ ਜਿਹੜਾ ਅੰਪਾਇਰ ਪਾਰਟਨਰ ਆ ਉਹ ਕੌਣ ਹੈਗਾ ਤਾਂ ਇਹਦੇ ਵਿੱਚੋਂ ਪੇਟੀਐਮ Google Pay PhonePe ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਤਾਂ ਜਿਹੜਾ ਅੰਪਾਇਰ ਪਾਰਟਨਰ ਹੈ ਇਸ ਵਾਰ ਉਹ ਪੇਟੀਐਮ ਸੀਗਾ ਆਪਸ਼ਨ ਨੰਬਰ 1 ਜਿਹੜਾ ਸਹੀ ਹੋ ਜਾਊਗਾ ਠੀਕ ਹੈ ਜੀ ਜਿਹੜਾ ਹੁਣ ਪ੍ਰਸ਼ਨ ਆ ਰਿਹਾ ਜੀ ਇਹ ਮਧੂਮੱਖੀ ਵਾਲਾ ਇਹ ਵੀ ਮੋਸਟ ਇੰਪੋਰਟੈਂਟ ਹੈ ਠੀਕ ਹੈ ਜੀ ਹਾਲ ਹੀ ਦੇ ਵਿੱਚ ਜਿਹੜੀਆਂ ਮਧੂਮੱਖੀ ਦੀ ਇੱਕ ਨਵੀਂ ਪ੍ਰਜਾਤੀ ਪਾਈ ਗਈ ਹੈ ਉਹ ਜਿਹੜੀ ਹੈਗੀ ਹੈ ਹਿਲਜ਼ ਦੇ ਵਿੱਚ ਪਾਈ ਗਈ ਹੈ ਮਤਲਬ ਪਰਬਤ ਸ਼੍ਰੈਣੀਆਂ ਦੇ ਵਿੱਚ ਪਾਈ ਗਈ ਹੈ ਪਹਾੜਾਂ ਦੇ ਵਿੱਚ ਪਾਈ ਗਈ ਹੈ ਤੇ ਉਸ ਜਿਹੜੀ ਨਵੀਂ ਜਿਹੜੀ ਮਧੂਮੱਖੀ ਦੀ ਸ਼੍ਰੈਣੀਆਂ ਉਸ ਨੂੰ ਐਪਿਸਕਰਨ ਜੋਡੀਅਨ ਦਾ ਨਾਮ ਜਿਹੜਾ ਹੈਗਾ ਉਹ ਹੈਗਾ ਵਾ ਦਿੱਤਾ ਗਿਆ ਤੇ ਇਸ ਦਾ ਨਾਮ ਹੈਗਾ ਐਪਿਸਕਰਨ ਜੋਡੀਅਨ ਠੀਕ ਹੈ ਜੀ ਤਾਂ ਤੁਹਾਨੂੰ ਪ੍ਰਸ਼ਨ ਇਹ ਵੀ ਆ ਸਕਦਾ ਹੈ ਕਿ ਹਾਲ ਹੀ ਦੇ ਵਿੱਚ ਕਿਹੜੀ ਨਵੀਂ ਪ੍ਰਜਾਤੀ ਜਿਹੜੀ ਹੈ ਮੱਖੀਆਂ ਦੀ ਉਹ ਲੱਭੀ ਗਈ ਹੈ ਉਹ ਹੈਗੀ ਹੈ ਐਪਿਸ ਕੇਰਨ ਜੋਡੀਨ ਠੀਕ ਹੈ ਜੀ ਉਸ ਤੋਂ ਬਾਅਦ ਇਸ ਦੇ ਵਿੱਚੋਂ ਪ੍ਰਸ਼ਨ ਇਹ ਵੀ ਆ ਸਕਦਾ ਹੈ ਕਿ ਇਹ ਕਿੱਥੇ ਲੱਭੀ ਗਈ ਹੈ ਕਿੱਥੇ ਇਸ ਦੀ ਜਿਹੜੀ ਹੈ ਖੋਜ ਕੀਤੀ ਗਈ ਹੈ ਪਾਈ ਗਈ ਹੈ ਨਵੇਂ ਤੇ ਇਸ ਦੀ ਜਿਹੜੀ ਹੈਗੀ ਹੈ ਕਿ ਪੂਰਬੀ ਘਾਟ ਪੱਛਮੀ ਘਾਟ ਪਹਾੜ ਪ੍ਰਸ਼ਤ ਸ਼੍ਰੇਣੀ ਮਹਾਪਾਰਤ ਸ਼੍ਰੇਣੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਇਸ ਦੇ ਵਿੱਚ ਜਿਹੜਾ ਰਾਈਟ ਆਨਸਰ ਹੋ ਜੂਗਾ ਐਪਿਸਕਰਨ ਜੋੜੀ ਜਿਹੜੀ ਹੈਗੀ ਹੈ ਮਧੂਮੱਖੀ ਦੀ ਨਵੀਂ ਪ੍ਰਜਾਤੀ ਜਿਹੜੀ ਉਹ ਆਪਸ਼ਨ ਨੰਬਰ 2 ਪੱਛਮੀ ਘਾਟ ਪਹਾੜ ਪ੍ਰਸ਼ਤ ਸ਼੍ਰੇਣੀ ਦੇ ਵਿੱਚ ਜਿਹੜੀ ਹੈਗੀ ਉਹ ਪਾਈ ਗਈ ਹੈ ਇਹ ਮੋਸਟ ਇੰਪੋਰਟੈਂਟ ਪ੍ਰਸ਼ਨ ਹੈ ਵੀ ਮੋਸਤ ਦੇ ਅੱਗੇ ਆਪਣੇ ਕੋਲ ਹੀ ਪ੍ਰਸ਼ਨ ਆ ਗਿਆ ਕਿ ਭਾਰਤ ਦਾ ਪਹਿਲਾ ਬੁਲੇਟ ਰੇਲਵੇ ਸਟੇਸ਼ਨ ਜਿਹੜਾ ਉਹ ਕਿੱਥੇ ਬਣਾਇਆ ਜਾਵੇਗਾ ਠੀਕ ਹੈ ਜੀ ਤਾਂ 2024 ਦੇ ਵਿੱਚ ਜਿਹੜਾ ਸਰਕਾਰ ਦਾ ਇੱਕ ਮਿੱਥ ਮਿੱਥਿਆ ਹੋਇਆ ਕਿ ਜਿਹੜਾ 2024 ਦੇ ਵਿੱਚ ਆਪਾਂ ਨੇ ਬੁਲਟ ਰੇਲਵੇ ਸਟੇਸ਼ਨ ਬਣਾ ਦੇਣਾ ਜਿਹੜੀ ਬੁਲਟ ਟ੍ਰੇਨ ਚੱਲੂਗੀ ਤਾਂ ਉਹਦਾ ਜਿਹੜਾ ਹੈਗਾ ਕਿ 2023 ਤੱਕ ਕਿਹੜਾ ਸਟੇਸ਼ਨ ਹੈ ਜਿਹੜਾ ਤਿਆਰ ਹੋ ਜਾਊਗਾ ਤਾਂ ਉਹਦੇ ਵਿੱਚ ਪਹਿਲਾ ਆਪਸ਼ਨ ਹੈਗਾ ਸੂਰਤ ਗੁਜਰਾਤ ਦਾ ਅੰਦਾ ਅੰਮਦਾਬਾਦ ਗੁਜਰਾਤ ਦਾ ਇੰਦੋਰ ਐਮਪੀ ਦਾ ਜੈਪੁਰ ਰਾਜਸਥਾਨ ਦਾ ਤਾਂ ਇਸ ਦਾ ਜਿਹੜਾ ਤੁਸੀਂ ਇੱਕ ਮੈਂ ਤੁਹਾਨੂੰ ਆਪਸ਼ਨ ਦੇ ਤੌਰ ਤੇ ਦੱਸ ਦਰਨਾ ਕਿ ਜਦੋਂ ਇਹ ਮੋਦੀ ਨੇ ਨਰਿੰਦਰ ਮੋਦੀ ਨੇ ਕਿਹਾ ਸੀਗਾ ਕਿ ਆਪਾਂ ਬੁਲਟ ਟ੍ਰੇਨ ਚਲਾਵਾਂਗੇ ਤਾਂ ਤੁਸੀਂ ਨੇ ਦੇਖਣਾ ਕਿ ਨਰਿੰਦਰ ਮੋਦੀ ਦੀ ਜਿਹੜੀ ਹੈਗੀ ਬੈਕਗ੍ਰਾਉਂਡ ਕਿੱਥੋਂ ਹੈ ਗੁਜਰਾਤ ਤੋਂ ਠੀਕ ਹੈ ਜੀ ਇਸ ਦੀ ਬੈਕਗ੍ਰਾਉਂਡ ਹੈ ਜੀ ਗੁਜਰਾਤ ਤੋਂ ਤਾਂ ਇਹ ਜਿਹੜਾ ਵੀ ਪ੍ਰੋਜੈਕਟ ਸ਼ੁਰੂ ਕਰੂਗਾ ਜਦੋਂ ਵੀ ਪ੍ਰੋਜੈਕਟ ਸ਼ੁਰੂ ਕਰੂਗਾ ਤਾਂ ਇਹ ਕੋਸ਼ਿਸ਼ ਕਰੂ ਕਿ ਉਹ ਗੁਜਰਾਤ ਤੋਂ ਹੀ ਸ਼ੁਰੂ ਹੋਵੇ ਠੀਕ ਹੈ ਜੀ ਤਾਂ ਇਸ ਦੇ ਵਿੱਚ ਆਪਸ਼ਨਾਂ ਦੋ ਬਚ ਗਈਆਂ ਕਿ ਇੱਕ ਤਾਂ ਅਹਮਦਾਬਾਦ ਹੈਗਾ ਗੁਜਰਾਤ ਦਾ ਤੇ ਇੱਕ ਹੈਗਾ ਸੂਰਤ ਤੇ ਜਿਹੜਾ ਸਭ ਤੋਂ ਮਤਲਬ ਕਿ ਫੇਮਸ ਸ਼ਹਿਰ ਹੈਗਾ ਦੋਨੇ ਸ਼ਹਿਰ ਫੇਮਸ ਹੈ ਤਾਂ ਬਸ ਇਹਦੇ ਵਿੱਚੋਂ ਤੁਸੀਂ ਕਨਫਿਊਜ਼ਨ ਦੂਰ ਕਰਨੀ ਹੈ ਤਾਂ ਜਿਹੜਾ ਸੂਰਤ ਇਹਦਾ ਰਾਈਟ ਆਨਸਰ ਹੋ ਜਾਊਗਾ 2024 ਦੇ ਵਿੱਚ ਜਿਹੜੀ ਬੁਲੇਟ ਟ੍ਰੇਨ ਦਾ ਜਿਹੜਾ ਸਟੇਸ਼ਨ ਬਣੂਗਾ ਤਾਂ ਉਹ ਸੂਰਤ ਗੁਜਰਾਤ ਤੋਂ ਜਿਹੜਾ ਉਹ ਸ਼ ਗੁਜਰਾਤ ਦਾ ਏਰੀਆ ਹੈਗਾ ਸੂਰਤ ਉਹਦੇ ਵਿੱਚ ਜਿਹੜਾ ਹੈਗਾਗਾ 2024 ਦੇ ਵਿੱਚ ਬੋਲੇ ਟ੍ਰੇਨ ਦਾ ਸਟੇਸ਼ਨ ਹੈ ਜਿਹੜਾ ਉਹ ਬਣ ਕੇ ਤਿਆਰ ਹੋ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆਪਣੇ ਕੋਲੇ ਲਾਸਟ ਪ੍ਰਸ਼ਨ ਆਉਂਦਾ ਕਿ ਕਿਸ ਦੇਸ਼ ਨੇ ਨੀਰਜ ਚੋਪੜਾ ਨੂੰ ਫਰੈਂਡਸ਼ਿਪ ਅੰਵੈਸਟਰ ਵਜੋਂ ਚੁਣਿਆ ਗਿਆ ਤਾਂ ਜਿਹੜਾ ਨੀਰਜ ਚੋਪੜਾ ਉਹਦੇ ਬਾਰੇ ਤੁਸੀਂ ਜਾਣ ਲੋ ਨੀਰਜ ਚੋਪੜਾ ਇੱਕ ਭਾਰਤੀ ਟਰੈਕ ਤੇ ਫੀਲਡ ਐਥਲੀਟ ਹੈ ਜੋ ਕਿ ਜੈਲਵਿਨ ਥਰੋ ਦੇ ਮੁਕਾਬਲੇ ਵਿੱਚ ਸ਼ਾਮਲ ਹੈ ਤੇ ਇਸ ਨੇ ਜੇ ਤੁਸੀਂ ਇਸ ਦੇ ਬਾਰੇ ਜਿਆਦਾ 올림픽ਸ ਬਾਰੇ ਜਿਆਦਾ ਜਾਣਕਾਰੀ ਲੈਣੀ ਹੈ ਤਾਂ ਮੇਰੀ ਦੂਸਰੀ ਵੀਡੀਓਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪ੍ਰੀਵੀਅਸ ਜਿਹੜੀਆਂ 올림픽ਸ ਹੋਈਆਂ ਨੇ ਉਹਦੇ ਵਿੱਚ ਭਾਰਤ ਨੂੰ ਕਿਹੜਾ ਤੇ ਕਿਹੜੇ ਐਥਲੀਟ ਨੇ ਕਿਹੜਾ ਮੈਡਲ ਤੇ ਕਿਸ ਖੇਡ ਦੇ ਵਿੱਚ ਲਿਆ ਕੇ ਦਿੱਤਾ ਠੀਕ ਹੈ ਜੀ ਤਾਂ ਨੀਰਜ ਚੋਪੜਾ ਜਿਹੜਾ ਥਲੀਟ ਹੈਗਾ ਜੋ ਕਿ ਜੈਲਵਨ ਥਰੋ ਦੇ ਮੁਕਾਬਲੇ ਵਿੱਚ ਸ਼ਾਮਿਲ ਹੁੰਦਾ ਠੀਕ ਹੈ ਜੀ ਤੇ ਨੀਰ ਚੋਪੜਾ ਜਿਹੜਾ ਹੈਗਾ ਹਰਿਆਣਾ ਦੇ ਪਾਣੀਪੱਤ ਦੇ ਨਾਲ ਰਿਲੇਟਡ ਹੈਗਾ ਉਹਦਾ ਜਨਮ ਜਿਹੜਾ ਪਾਣੀਪੱਤ ਜ਼ਿਲ੍ਹੇ ਦੇ ਵਿੱਚ ਹੋਇਆ ਸੀਗਾ ਠੀਕ ਹੈ ਜੀ ਤਾਂ ਇਹਦਾ ਪ੍ਰਸ਼ਨ ਇਹੀ ਹੈ ਕਿ ਕਿਸ ਦੇਸ਼ ਨੇ ਜਿਹੜਾ ਹੈ ਨੀਰ ਚੋਪੜਾ ਨੂੰ ਫਰੈਂਡਸ਼ਿਪ ਇਨਵੈਸਟਰ ਵਜੋਂ ਚੁਣਿਆ অপਸ਼ਨ 1 ਸਵਿਟਜ਼ਰਲੈਂਡ ਦੋ ਸਕਾਟਲੈਂਡ ਯੂਰਪ ਰੂਸ ਤਾਂ ਇਹਦਾ ਰਾਈਟ ਆਨਸਰ ਹੋ ਜੂਗਾ ਰਾਈਟ ਆਨਸਰ ਹੋ ਜੂਗਾ ਆਨਸਰ ਨੰਬਰ 1 스위ਟਜ਼ਰਲੈਂਡ ਨੇ ਹੈਗਾ ਜਿਹੜਾ ਨੀਰ ਚੋਪੜਾ ਨੂੰ ਫਰੈਂਡਸ਼ਿਪ ਐਂਡ ਵੈਦਰ ਵਜੋਂ ਨਿਯੁਕਤ ਕੀਤਾ ਗਿਆ ਠੀਕ ਹੈ ਜੀ ਇਹ ਸੀਗੀ ਆਪਣੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਬਹੁਤ ਤੋਂ ਵਧੀਆ ਜਿਹੜੇ ਕੰਟੈਕਟ ਮੇਰੀ ਪਲੇਲਿਸਟ ਦੇ ਵਿੱਚ ਪਏ ਆ ਤੁਸੀਂ YouTube ਚੈਨਲ ਤੇ ਸਰਚ ਕਰ ਸਕਦੇ ਹੋ ਜਾਂ ਮੇਰੀ ਪਲੇਲਿਸਟ ਜਾ ਸਕਦੇ ਹੋ ਵੀਡੀਓਜ਼ ਦੇਖ ਸਕਦੇ ਹੋ ਬਹੁਤ ਹੀ ਵਧੀਆ ਜੈਨੂਇਨ ਕੰਟੈਂਟ ਪਈ ਹੋਇਆ ਸਾਰੇ ਕੰਟੈਂਟ ਪੰਜਾਬੀ ਦੇ ਵਿੱਚ ਹੈ ਤੇ ਹੁਣ ਟਰਾਈ ਕਰਾਂਗੇ ਆਪਾਂ ਇੰਗਲਿਸ਼ ਜਾਂ ਹਿੰਦੀ ਦੇ ਵਿੱਚ ਵੀ ਇਹਨਾਂ ਨੂੰ ਸਟਾਰਟ ਕਰਨ ਦੀ ਤੇ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਇਸ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਠੀਕ ਹੈ ਜੀ